वेट लॉस होने की बजाय वाधा ही जा रहा सी। 131 किलो सी। मैं भी अपना मन हार चुका सी। सत श्री अकाल जी, मेरा नाम वरिंदर कुमार, पिंड हरीके पत्तन। मैं अपने मोटापे तो बहुत परेशान सी। 6 महीने तो मैं इस चीज ते सर्च कर रहा सी। बड़िया मैं अपनिया चीजा ट्राई कीतियां अपने वेट नू घटाउण वास्ते, एक्सरसाइज कीती बहुत ज्यादा। मैं अपना 6 महीने मैं इस चीज नू करदा रहा, पर मेरे वेट लॉस होने की बजाय वाधा ही जा रहा सी। उस तो बाद मैं मैनू अपने फोन तो फेसबुक तो अमित सूद डॉक्टर उन्हां दी मैं वीडियो देखनी शुरू की। ਮੈਨੂੰ ਉਹਨਾਂ ਦੀਆਂ ਚਲੋ ਜਿੰਨੇ ਵੀ ਉਹਨਾਂ ਦੇ ਪੇਸ਼ੈਂਟ ਸੀ ਉਹਨਾਂ ਦੀਆਂ ਮੈਂ ਵੀਡੀਓ ਵੇਖੀਆਂ, ਮੈਨੂੰ ਥੋੜਾ ਜਿਹਾ ਠੀਕ ਲੱਗਾ। ਉਸ ਤੋਂ ਬਾਅਦ ਸਾਡੇ ਰਿਸ਼ਤੇਦਾਰ ਸੀ, ਉਹਨਾਂ ਨੇ ਇਸ ਚੀਜ਼ ਨੂੰ ਆਪਣਾ ਆਪਰੇਟ ਕਰਵਾਇਆ ਹੋਇਆ ਸੀ। ਮੈਂ ਫਿਰ ਆਪਣਾ ਮਨ ਬਣਾਇਆ, ਫਿਰ ਮੈਂ ਡਾਕਟਰ ਸਾਹਿਬ ਨੂੰ ਆਣ ਕੇ ਮਿਲਿਆ, ਡਾਕਟਰ ਸਾਹਿਬ ਨਾਲ ਗੱਲਬਾਤ ਕੀਤੀ। ਉਹਨਾਂ ਨੇ ਬਹੁਤ ਮੈਨੂੰ ਵਧੀਆ ਡੀਲ ਕੀਤਾ, ਉਹਨਾਂ ਨੇ ਮੇਰੇ ਨਾਲ ਗੱਲਬਾਤ ਵਧੀਆ ਮੈਨੂੰ ਸਮਝਾਇਆ। ਮੈਨੂੰ ਕਾਫੀ ਇਸ ਚੀਜ਼ ਤੋਂ ਪ੍ਰੋਬਲਮਾਂ ਹੈਗੀਆਂ ਸੀ, ਜਿਸ ਤਰ੍ਹਾਂ ਮੇਰੇ ਪੈਰ ਸੁੱਜਣੇ ਜਾਂ ਪੇਨ ਕਿਲਰ ਮਤਲਬ ਕਿ ਲੱਕ ਦਾ दर्द होना और प्रॉब्लम काफी मैनू आ रही सी। ते इन्हां ने मैनू वधिया समझा के गल कही कि तुहाडा वेट काफ़ी है। मेरा वेट 131 किलो सी। ते डॉक्टर साहब ने कहा कि तुहाडी वेट दी जिहड़ी है सर्जरी होएगी, उस तो बाद तुसीं इह नॉर्मल दे विच सही हो जाओगे। मैं आज 15 दिन बाद अपना टेस्ट मतलब करवाना आया, चैकअप करवाना आया। ते मेरा वेट 10 किलो लूज हो चुका है। ते मैं बहुत अपने आप नू बड़ा ही ਕੰਫਰਟੇਬਲ ਸਮਝ ਲਿਆ ਹੈ ਕਿ ਮੈਂ ਬਹੁਤ ਵਧੀਆ ਇਸ ਟਾਈਮ ਮਤਲਬ ਚੱਲ ਫਿਰ ਸਕਦਾ, ਮੈਨੂੰ ਪ੍ਰੋਬਲਮ ਕੋਈ ਨਹੀਂ ਹੈਗੀ, ਮੈਂ ਬਿਲਕੁਲ ਐਨ ਓਕੇ ਹੈਗਾ। ਤੇ ਬਾਕੀ ਠੀਕ ਮੈਂ ਆਪਣੇ ਸਾਰੇ ਭੈਣ ਭਰਾਵਾਂ ਨੂੰ ਇਹੀ ਚੀਜ਼ ਕਹਿਣਾ ਚਾਹੁੰਦਾ ਹੈ ਜੋ ਮੋਟਾਪੇ ਤੋਂ ਪਰੇਸ਼ਾਨ ਹੈਗੇ ਆ ਕਿ ਉਹ ਆਣ ਕੇ ਅਮਿਤ ਸੂ ਡਾਕਟਰ ਸਾਹਿਬ ਨੂੰ ਮਿਲਣ, ਉਹਨਾਂ ਨੂੰ ਆਪਣੀ ਪ੍ਰੋਬਲਮ ਦੱਸਣ, ਕੋਈ ਵੀ ਪ੍ਰੋਬਲਮ ਹੈਗੀ ਆ ਇਹਦਾ ਸੋਲੂਸ਼ਨ ਹੈ। ਮੈਂ ਵੀ ਆਪਣਾ ਮਨ ਹਾਰ ਚੁੱਕਾ ਸੀ ਕਿ ਸ਼ਾਇਦ ਮੋਟਾਪੇ ਦਾ ਕੋਈ ਸੋਲੂਸ਼ਨ ਨਹੀਂ ਹੈਗਾ। ਮੈਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੋਚ ਰਿਹਾ ਸੀ ਕਿ ਮੈਨੂੰ ਦਵਾਈਆਂ ਤੇ ਡਿਪੈਂਡ ਰਹਿਣਾ ਪਏਗਾ, ਪਰ ਚਲੋ ਮੈਂ ਡਾਕਟਰ ਸਾਹਿਬ ਨੂੰ ਮਿਲਿਆ, ਮੈਨੂੰ ਬਹੁਤ ਵਧੀਆ ਉਹਨਾਂ ਡੀਲ ਕੀਤਾ। ਇਸ ਚੀਜ਼ ਤੋਂ ਮੈਂ ਪ੍ਰਭਾਵਿਤ ਹੋ ਕੇ ਸਾਡੇ ਰਿਸ਼ਤੇਦਾਰ ਵੀ ਹੈਗੇ, ਉਹਨਾਂ ਨੇ ਮੈਨੂੰ ਇਸ ਚੀਜ਼ ਤੋਂ ਬਹੁਤ ਜ਼ਿਆਦਾ ਕਿਹਾ ਕਿ ਕੋਈ ਪ੍ਰੋਬਲਮ ਨਹੀਂ ਆਉਂਦੀ, ਤੁਸੀਂ ਇੱਕ ਵਾਰੀ ਜਾਓ ਇਹ ਸਰਜਰੀ ਕਰਵਾਓ, ਬਹੁਤ ਵਧੀਆ ਹੋ ਜਾਓਗੇ ਤੁਸੀਂ। ਚਲੋ ਮੈਨੂੰ ਇਸ ਬਿਮਾਰੀਆਂ ਤੋਂ ਨਿਜਾਤ ਤਾਂ ਮਿਲ ਗਈ ਹੈਗੀ ਹੈ। ਮੈਂ ਕੱਪੜੇ ਪਾਉਣ ਦਾ ਬੜਾ ਸ਼ੌਕੀਨ ਹੈਗਾ ਸੀ, ਮੈਨੂੰ ਕੱਪੜੇ ਕੋਈ ਵੀ ਪੂਰੇ ਨਹੀਂ ਆਉਂਦੇ ਸੀ। ਹੁਣ ਮੈਂ ਆਪਣੇ ਕੱਪੜੇ ਪਾਉਣ ਦਾ ਵੀ ਜਿਹੜਾ ਸ਼ੌਂਕ ਹੈ ਪੂਰਾ ਕਰ ਸਕਦਾ। ਤੇ ਆਉਣ ਵਾਲੇ ਸਮੇਂ ਦੇ ਵਿੱਚ ਡਾਕਟਰ ਸਾਹਿਬ ਨਵਾਂ ਆਪਣਾ ਹਸਪੀਟਲ ਖੋਲ ਰਿਹਾ ਮੋਗੇ ਦੇ ਵਿੱਚ, ਉਹਨਾਂ ਨੂੰ ਤੁਸੀਂ ਆਣ ਕੇ ਮਿਲੋ। ਤੇ ਮੈਂ ਅਮਿਤ ਸੂਦ ਡਾਕਟਰ ਸਾਹਿਬ ਦਾ ਤੇ ਸਾਰੇ ਸਟਾਫ ਦਾ ਬਹੁਤ ਧੰਨਵਾਦ ਕਰਦਾ। ਧੰਨਵਾਦ।